ਵਾਹਿਗੁਰੂ ਜੀ, ਦੇਖੋ ਗੁਰਬਾਣੀ ਗੁਰੂ ਨੂੰ ਪੜ੍ਹਨ ਨਾਲ ਪਹਿਲਾਂ ਤੁਹਾਨੂੰ ਇਹ ਖੇਡ ਪਤਾ ਸੀ ਸਾਰਾ, ਜਦੋਂ ਤੱਕ ਆਪਾਂ ਗੁਰਬਾਣੀ ਨੂੰ ਪੜ੍ਹ ਰਹੇ ਸੀ, ਹਨਾ, ਕਿੰਨੇ ਕਿੰਨੇ ਪਾਠ ਕਰ ਲੈਂਦੇ ਸੀ। ਹੁਣ ਜੀ ਮਾਲਕ ਤੁਹਾਨੂੰ ਅਗਲੀ ਖੇਡ ਦਿਖਾ ਰਹੇ ਹੈ, ਹਨਾ, ਕਿ ਗੁਰਬਾਣੀ ਗੁਰੂ ਕੀ ਕਹਿ ਰਹੇ ਨੇ। ਪਹਿਲਾਂ ਸਾਨੂੰ ਪਤਾ ਲੱਗ ਰਿਹਾ ਸੀ ਪੜ੍ਹ ਪੜ੍ਹ ਕੇ, ਨਹੀਂ ਵਾਹਿਗੁਰੂ ਨਹੀਂ ਕੁਝ ਅਸੀਂ ਨਹੀਂ ਪਤਾ ਸੀ। ਪੜ੍ਹਦੇ ਸੀ ਗੁਟਕਾ ਸਾਹਿਬ ਬੰਦ ਕਰਕੇ ਰੱਖ ਦਿੰਦੇ ਸੀ, ਹੈ ਨਾ ਵਾਹਿਗੁਰੂ। ਜੀ ਹੁਣ ਵਾਹਿਗੁਰੂ ਸਾਨੂੰ ਇੱਡੀ ਸਮਝ ਆ ਸਿੱਖੀ। ਰਹੀ ਹੈ, ਹੁਣ ਸਾਨੂੰ ਸਮਝ ਆ ਰਹੀ ਹੈ ਕਿ ਗੁਰਬਾਣੀ ਗੁਰੂ ਕਿੱਥੋਂ ਦੀ ਗੱਲ ਕਰ ਰਹੇ ਨੇ ਔਰ ਕੀ ਕਰਨ ਲਈ ਕਹਿ ਰਹੇ ਨੇ ਸਾਨੂੰ। ਇਹ ਕਿੰਨੀ ਵੱਡੀ ਕਿਰਪਾ ਦੀ ਨਿਸ਼ਾਨੀ ਹੈ, ਸਾਰਿਆਂ ਨੂੰ ਨਹੀਂ ਪਤਾ ਲੱਗਦਾ ਇਸ ਬਾਰੇ। ਮਾਲਕ ਤੁਹਾਨੂੰ ਅਗਲੀ ਅਵਸਥਾ ਦੇ ਰਹੇ ਨੇ ਤੇ ਆਪਾਂ ਗਿਣਤੀਆਂ ਨਾਲ ਨਹੀਂ ਬਾਣੀ ਪੜ੍ਹਨੀ ਹੁੰਦੀ। ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਲੈ ਲਓ ਵਾਹਿਗੁਰੂ, ਤੁਸੀਂ ਸਵੇਰੇ ਸ਼ੁਰੂ ਕਰ ਲਓ ਉਹਨੂੰ ਸਾਰਾ ਦਿਨ, ਭਾਵੇਂ ਇੱਕ ਇੱਕ ਪੰਕਤੀ ਨੂੰ ਲੈ ਕੇ ਖੋਜਣ ਤੇ ਬੈਠ ਜਾਓ, ਏਦਾਂ ਮਾਲਕ ਜ਼ਿਆਦਾ ਖੁਸ਼ ਹੁੰਦੇ ਨੇ। ਜੀ ਵਾਹਿਗੁਰੂ, ਸਾਡਾ ਮਨ ਵੀ ਵਾਹਿਗੁਰੂ ਇੱਦਾਂ ਕਰਦਾ ਵਾ ਵੀ ਅਸੀਂ ਇੰਨਾ ਬੜੀ ਬਾਣੀਆਂ ਪੜ੍ਹ ਕੇ ਨਾ ਨਾ ਕਿੱਦੀ ਜਪਜੀ ਸਾਹਿਬ ਪੜ੍ਹੀਏ ਤੇ ਵਾਹਿਗੁਰੂ ਜਿੱਦਾਂ ਤੁਸੀਂ ਕਿਹਾ ਸਾਡਾ ਮਨ ਅੰਦਰੋਂ ਇੱਦਾਂ ਆਵਾਜ਼ ਦਿੰਦਾ ਸਾਨੂੰ, ਪਰ ਹੁਣ ਅਸੀਂ ਕੀਤਾ ਨਹੀਂ, ਇੱਦਾਂ ਹੀ ਜੇ ਸੱਚੀ ਸਹਿਜ ਵਾਹਿਗੁਰੂ ਪਾਠ ਸਾਡੇ ਕਰਨਾ, ਸਾਰਾ ਕੀਤਾ ਹੈ ਵਾਹਿਗੁਰੂ ਜੀ ਨੇ। ਹਾਂਜੀ ਹਾਂਜੀ ਹਾਂ, ਜੇ ਹਾਂਜੀ ਸਹਿਜ ਪਾਠ ਕਰਨਾ ਤੁਸੀਂ ਰੋਜ਼ ਦਾ ਇੱਕ ਅੰਗ ਕਰੋ, ਸਮਝ ਸਮਝ ਕੇ ਖੋਜੀ ਬਣ ਕੇ ਮਨ ਦੇ ਲੈਵਲ ਤੇ ਪੜ੍ਹੋ। ਵਾਹਿਗੁਰੂ ਜੇ ਇੱਕ ਦਿਨ ਛੁੱਟ ਵੀ ਗਿਆ ਤੇ ਕੋਈ ਗੱਲ ਨਹੀਂ, ਕਿਉਂਕਿ ਮਾਲਕ ਨੂੰ ਪਤਾ ਕਈ ਵਾਰ ਸਾਡੀ ਮਜਬੂਰੀ ਹੋ ਸਕਦੀ ਆ, ਆਪਾਂ ਜੇ ਘਰ ਹੀ ਨਹੀਂ ਹੈਗੇ ਤੇ ਨਹੀਂ ਮਨ ਟਿਕੇਗਾ। ਗੁਰਬਾਣੀ ਰਸਤੇ ਚ ਤੁਰਦੇ ਫਿਰਦਿਆਂ ਨਹੀਂ ਪੜ੍ਹੀ ਜਾਂਦੀ, ਉਹ ਤਾਂ ਸਾਨੂੰ ਏਦਾਂ ਲੱਗਦਾ ਹੈ ਕਿ ਟਾਈਮ ਪਾਸ ਕਰ ਰਹੇ ਹਾਂ। ਜੇ ਨਿਤਨੇਮ ਜੀ ਕਰਨਾ ਹੈ, ਜੇ ਸਵੇਰੇ ਨਹੀਂ ਕਰ ਪਾਏ, ਕੋਈ ਮਜਬੂਰੀ ਹੋ ਗਈ, ਆਪਾਂ ਦਿਨੇ ਕਰ ਲਈਏ ਬੈਠ ਕੇ, ਸ਼ਾਮ ਨੂੰ ਕਰ ਲਈਏ ਭਾਵੇਂ ਜਦੋਂ ਸਮਾਂ ਬਣਿਆ। ਅੱਛਾ ਜੀ, ਵਾਹਿਗੁਰੂ ਜੀ, ਠੀਕ ਹੈ ਵਾਹਿਗੁਰੂ ਜੀ। ਚਿੰਤਾ ਨਾਲ, ਕਿਉਂਕਿ ਜੇ ਟੈਨਸ਼ਨ ਨਾਲ ਆਪਾਂ ਬਾਣੀ ਪੜ੍ਹ ਰਹੇ ਉਹ ਤਾਂ ਇੱਕ ਖਾਨਾ ਪੂਰਤੀ ਕਰ ਰਹੇ ਹਾਂ, ਜੀ ਵਾਹਿਗੁਰੂ, ਔਰ ਮਾਲਕ ਨੂੰ ਗਿਣਤੀਆਂ ਨਾਲ ਪਿਆਰ ਨਹੀਂ ਹੋ ਸਕਦਾ ਕਿ ਆਪਾਂ ਅੱਜ ਇੰਨੇ ਪਾਠ ਕੀਤੇ ਤੇ ਤਾਂ ਮਾਲਕ ਨੇ ਮਿਲਣਾ। ਆਪਣੇ ਘਰ ਵਿੱਚ ਛੋਟਾ ਬੱਚਾ ਹੁੰਦਾ ਸੀ, ਉਹਨੂੰ ਕੋਈ ਸਮਾਂ ਦੇਖ ਕੇ ਪਿਆਰ ਕਰਦੇ ਹਾਂ, ਸਾਰਾ ਦਿਨ ਉਹ ਸਾਡੀ ਸੁਰਤੀ ਚ ਵਸਿਆ ਹੁੰਦਾ, ਆਪਾਂ ਉਹਨੂੰ ਕਿੰਨਾ ਪਿਆਰ ਕਰਦੇ ਹਾਂ ਮਨ ਤੋਂ, ਹਨਾ, ਚੰਗਾ ਲੱਗਦਾ ਸਾਨੂੰ। ਇਸੇ ਤਰ੍ਹਾਂ ਮਾਲਕ ਵੀ ਗਿਣਤੀ ਨਾਲ ਸਾਨੂੰ ਪਿਆਰ ਨਹੀਂ ਕਰਦੇ, ਹਰ ਵੇਲੇ ਸਾਨੂੰ ਸਵਾਸ ਦੇ ਰਹੇ ਨੇ, ਹਰ ਵੇਲੇ ਸਾਨੂੰ ਸਭ ਕੁਛ ਵਰਤਣ ਲਈ, ਖਾਣ ਲਈ, ਪਹਿਨਣ ਲਈ ਸਭ ਕੁਛ ਦੇ ਰਹੇ ਨੇ, ਤੇ ਆਪਾਂ ਉਹਨਾਂ ਨੂੰ ਗਿਣਤੀਆਂ ਨਾਲ ਪਿਆਰ ਕਿਉਂ ਕਰੀਏ। ਹਰ ਪਲ ਹਰ ਇੱਕ ਚੀਜ਼ ਨੂੰ ਦੇਖ ਕੇ ਸਾਡੇ ਸ਼ੁਕਰਾਨੇ ਨਿਕਲਣ, ਉਹ ਹੈ ਅਸਲ ਸਿਮਰਨ। ਜੀ ਵਾਹਿਗੁਰੂ।